ब्रॉट यू बाय इंडिपेंडेंस, कण कण में स्वाद, कण कण में भारत। ਮੇਰਾ ਨਾਮ ਦਲਵੀਰ। ਹਾਂਜੀ, ਪਿਓ ਦਾ ਨਾਨਕ। ਕੀ ਗੱਲ ਹੋਈ ਵੀਰ ਜੀ? ਦਿਹਾੜੀ ਗਿਆ ਸੀ ਭੈਣਾਂ ਨੂੰ ਲੈ ਕੇ ਤੇ ਆਣ ਕੇ ਰੋਟੀ ਖਾ ਕੇ ਤੇ ਆਂਦਾ ਬੀਬੀ ਮੈਂ ਸੌਦਾ ਲੈ ਆਵਾਂ, ਖੰਡ ਥੋੜੀ ਥੋੜੀ ਹੱਟੀਓ ਲਿਆਈ ਦੀ ਹੈ ਤੇ ਰੋਟੀ ਖਾ ਕੇ ਤੇ ਗੱਗੋ ਮੈਂ ਉਹਨੂੰ ਸੌਦਾ ਲੈਣ ਆਉਣ ਡਿਆ ਸੀ। ਪੰਜ ਭੈਣ ਭਰਾ ਦੇ ਆਉਣ ਵਾਲੇ ਤੇ ਘਰ ਦੀਦੀ ਕਿੱਥੇ ਧੱਕਾ ਦਾਂਗੀ, ਛੇ ਸੱਤ ਮੇਰਾ ਨਾ ਪੈਲੀ ਨਾ ਬੰਨਾ ਮੈਂ ਟਰਾਲੇ ਦੇ ਵੱਜਾ ਦੇ ਨੇ ਪਤਾ ਨੀ ਜਾ ਹੁਣ ਇਹਨਾਂ ਦਾ ਕਸੂਰ ਜਾ ਕੀ ਪਤਾ ਹੁਣ ਰੱਬ ਹੀ ਵੀਰ ਜੀ ਜਾਣਦਾ। ਵੀਰ ਜੀ ਮੇਰੇ ਬੱਚਿਆਂ ਦਾ ਮੇਰਾ ਪੁੱਤ ਅੱਗੇ ਲਾ ਕੇ ਖੜਨ ਵਾਲਾ। ਮੇਰਾ ਨਾਮ ਸਰ ਦਲਵੀਰ ਸਿੰਘ। ਉਹਦਾ ਨਾਨਕ। ਕੀ ਲੱਗਦਾ ਤੁਹਾਡਾ? ਮੇਰਾ ਭਾਣਜਾ ਸੀ। ਕੀ ਗੱਲ ਹੋਈ ਜੀ? ਇੱਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ। ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ। ਫੌਜੀਆਂ ਦੀ ਗੱਡੀ ਦੇ ਪਤਾ, ਫੌਜੀਆਂ ਦੀ ਗੱਡੀ ਵੱਜੀ ਜਾਂ ਇਹ ਵੱਜੇ ਇਹਨਾਂ ਨੀ ਪਤਾ, ਮੌਕਾ ਜੇ ਖਤਮ ਹੋ ਗਿਆ। ਹਾਂਜੀ, ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾ ਤੀ ਆ ਤੇ ਨਾਲ ਜਿੰਦਰਾ ਮਾਰਤਾ ਵਾ ਇਹਨਾਂ ਨੇ। ਜੇ ਅਸੀਂ ਮੰਗ ਕਰਨੇ ਆ ਤੇ ਇਹਨਾਂ ਵੇ ਪਰਿਵਾਰ ਦਾ ਕੁਝ ਸੋਚਿਆ ਜਾਵੇ। ਇਹ ਪਰਿਵਾਰ ਬਹੁਤ ਹੀ ਮਹੱਤਵ ਆ, ਬਹੁਤ ਹੀ ਗਰੀਬ ਆ ਇਹ ਪਰਿਵਾਰ। ਕਿੰਨੀਆਂ ਭੈਣਾਂ ਦਾ ਭਰਾ ਸੀਗਾ? ਇਹ ਪੰਜ ਭੈਣਾਂ ਦਾ ਭਰਾ ਸੀਗਾ। ਇਕੱਲਾ ਸੀਗਾ? ਇਹ ਪਹਿਲੀ ਮਾਂ ਤੋਂ ਹੀ, ਹਾਂ ਦੋ ਆ, ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ ਇੱਕ ਡੇਢ ਮਹੀਨਾ ਹੋਇਆ ਪਿਓ ਨੂੰ ਖਤਮ ਹੋਏ ਨੂੰ। ਉਹ ਪਹਿਲਾਂ ਪਿਓ ਪੂਰੇ ਹੋ ਗਏ ਤੇ ਹੁਣ ਬਾਅਦ ਚ ਇਹ